ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ। ਅਤੇ ਕੱਲ੍ਹ ਡਿੱਗੀ ਬਣ ਗਈ ਸੀਗੀ ਅਤੇ ਲਪਾਈ ਕਰਨ ਵਾਲੀ ਰਹਿ ਗਈ ਸੀਗੀ, ਅਤੇ ਅੱਜ ਉਹ ਲਪਾਈ ਕਰਨ ਨੂੰ ਲੱਗੇ ਹੋਏ ਆ। ਚਲੋ ਚੱਲ ਕੇ ਤੁਹਾਨੂੰ ਦਿਖਾਉਣਾ, ਤੁਹਾਨੂੰ ਦਿਖਾਉਣਾ ਆ ਲਪਾਈ ਕਰਕੇ, ਅਤੇ ਉਦੋਂ ਬਾਅਦ ਵਿਹਲਾ ਹੀ ਆ, ਬੰਦੇ ਛੁੱਟੀ ਦੇ ਦੇਣੀ ਆ। ਅਤੇ ਕੁਛ ਪੁਰਾਣਾ ਸੀ ਡਿੱਗੀ ਤੋੜਨ ਵਾਲੀ, ਅਤੇ ਉਹ ਤੋੜਨ ਲੱਗਿਆ ਹੋਇਆ। ਚੱਲ ਦੋਨੇ ਕੰਮ ਬਣ ਜਾਣਗੇ, ਉਸ ਸਬਜ਼ੀ ਭਰਨ ਵਾਲੀ ਸੀ ਮੇਰੀ, ਉਹ ਸਬਜ਼ੀ ਜੀ ਭਰਤੀ ਆ। ਅਤੇ ਬਸ ਹੁਣ ਕਣਕ ਨੂੰ ਪਾਣੀ ਛੱਡਿਆ ਹੋਇਆ, ਆਖਰੀ ਕੁਛ ਕਿੱਲੇ ਰਹਿ ਗਏ ਸੀ ਭਰਨ ਵਾਲੇ। ਡੈਡੀ ਗਿਆ ਹੋਇਆ ਉੱਥੇ, ਅਤੇ ਕਹਿੰਦਾ ਚੱਲ ਮੈਂ ਇੱਕ ਗੇੜਾ ਮਾਰਿਆ ਉਹਨਾਂ, ਬਾਅਦ ਦੁਬਾਰਾ ਸੰਭਾਲ ਲਈ ਜਾ ਕੇ ਤੂੰ। ਅਤੇ ਅੱਜ ਕੁਛ ਗੱਡੀਆਂ ਧੋਣੀਆਂ ਸੀ, ਸਕੀਮ ਬਣਦੀ ਸੀਗੀ, ਅਤੇ ਫਿਰ ਉਹ ਡੈਡੀ ਜਵਾਬ ਦੇ ਗਿਆ, ਕਹਿੰਦਾ ਨਹੀਂ ਅੱਜ ਨਾ ਧੋ, ਕਹਿੰਦਾ ਅੱਜ ਨੇੜੇ ਖੜ ਕੇ ਅਤੇ ਕਹਿੰਦਾ ਕੰਮ ਕਰਾ ਲਾ ਜਿਹੜਾ ਕਰਾਉਣ ਵਾਲਾ ਹੈਗਾ ਆ। ਅਤੇ ਮੈਂ ਚੱਲ ਕੰਮ ਕਰਾਉਣੇ, ਨਾਲੇ ਇੱਟ ਉੱਟ ਚੱਕਣ ਵਾਲੀਆਂ ਸੀ ਕਿਲਰੀਆਂ ਸੀਗੀਆਂ, ਮੈਂ ਇੱਟ ਉੱਟ ਚੱਕ ਦਿੰਦੇ ਹਾਂ। ਅਤੇ ਮੈਂ ਚੱਲ ਸਾਰੇ ਕੰਮ ਅੱਜ ਫਾਰੀ ਕਰਾਉਣੇ ਨਾਲ ਲੱਗ ਕੇ, ਅਤੇ ਤੁਹਾਨੂੰ ਦਿਖਾਉਣਾ ਪਲਸਤਰ ਕੀਤਾ ਹੋਇਆ। ਮਿੱਟੀ ਦੇ ਬਰਾਬਰ ਜੇ ਕਰਦੇ ਇਹਦੇ, ਜੇ ਥੋੜ੍ਹੀ ਪੱਟ ਹੁੰਦੀ ਦੇਖ ਲੈ, ਲੱਕੜਾਂ ਦਾ ਪੱਟ ਹੁੰਦਾ, ਪੱਟ ਲਾ। ਮਿੱਟੀ ਕੱਢ ਕੇ ਦੇਖ ਲਾ, ਪੱਟ ਕੇ ਜੇ ਪੱਟ ਹੁੰਦਾ, ਇੱਕ ਅੱਧੀ ਪੱਟ ਕੇ ਦੇਖ ਲਾ, ਇੱਕ ਇੱਕ ਆਹੀ ਪੱਟ ਦੇਖ ਕਰਾਦਾ ਹੋਰ, ਫਿਰ ਥੱਲੇ ਥੱਲੇ ਪੈ ਰਹਿਣ ਦਾ ਕੋਈ ਚੱਕਰ ਨਹੀਂ, ਮੇਰਾ ਦੱਬੇ ਦੱਬੀ ਦੇਵਾਂਗੇ ਥੱਲੇ ਨੂੰ। ਇਹ ਸੱਬਲੀ ਦੇ ਇੱਥੇ ਬਹਿੰਦੀ ਹੈ ਤਾਂ ਭੰਨ ਹੀ ਦਿੰਦੀ ਆ, ਹੈ ਮਾੜੇ ਬੰਦੇ ਚੱਕ ਵੀ ਨਹੀਂ ਹੋਣੀ ਇਹ। ਨਾ ਊਂ ਗੱਲ ਕਰਦਾ, ਮਾੜੇ ਬੰਦੇ ਚੱਕ ਵੀ ਨਹੀਂ ਹੋਣੀ, ਮੈਂ ਕਿਹਾ ਭਾਰ ਕੱਢੋ ਜ਼ਿਆਦਾ ਨਹੀਂ ਤਾਂ 20 ਕਿਲੋ ਭਾਰ ਨੇੜੇ ਤੇੜੇ ਹੈਗੀ ਆ। ਪੱਟ ਦੇ ਮੁੰਡੇ ਰੋਟੀ ਖਾਣ ਤੋਂ ਪਹਿਲਾਂ ਵੇੜ ਤੈਨੂੰ, ਉਹ ਦੇਖ ਲਈ ਸ਼ੈਣੀ ਤੈਨੂੰ ਲਿਆ ਦਿੰਦਾ, ਸ਼ੈਣੀ ਨਾਲ ਪੱਟ ਦੇ ਉਹਦੇ ਕੋਲੋਂ, ਪੱਟਤੀ ਉਹ ਕੀ ਪੱਟਤੀ ਕਿੱਥੇ ਆ? ਬਸ ਠੀਕ ਗੱਲ ਹੈ, ਮੈਂ ਚੱਕਦਾ ਮੁੰਡੇ ਨੇ ਕੰਮ, ਫਿਰ ਰੇਲ ਬਣਾਤੀ, ਵੇੜ ਦੇ ਵੇੜ ਦੇ, ਚਾਹ ਪੀਤੀ ਹੁਣ ਤਾਂ। ਮਿੱਟੀ ਖੁਰ ਜਿਆ ਕਰਨੀ, ਜੇ ਮੱਝਾਂ ਨੂੰ ਆਇਆ ਕਰਾਂਗੇ, ਨਹੀਂ ਖੁਰੂਗੀ ਆ, ਖੁਰਾ ਨਾ ਕਰੂਗੀ। ਮੈਂ ਤਾਂ ਹੀ ਕਹਿੰਦਾ ਇੰਨੀ ਇੰਨੀ ਇੱਟਾਂ ਲੱਗ ਜਾਂਦੀਆਂ ਨਾ ਇੱਥੇ, ਤੀ ਇੱਥੇ ਇੱਟਾਂ ਲੱਗ ਜਾਂਦੀਆਂ ਇੰਨੀ ਦੂਰ ਤੇ, ਕੀ ਸੀ ਟਰੈਕਟਰ ਟਰਾਲੀ ਟੱਪੀ ਵੀ ਜਾਂਦਾ ਆਪਾਂ ਨੂੰ ਕੀ ਸੀਗਾ? ਨਹੀਂ ਫਿਰ ਸਰਦਾਰ ਵੀ ਸੱਚਾ ਨਾ ਬਈ, ਦੁਬਾਰਾ ਇੱਥੇ ਚਲਾਓ, ਦੁਬਾਰਾ ਦਾ ਚਾ ਕਿੰਨੀ ਮਿੱਟੀ ਚ ਲਾਉਣੀ, ਕਿਹੜਾ ਆਪਾਂ ਸੀਮਟ ਚ ਲਾਉਣੀਆਂ ਸੀਗੀਆਂ। ਸਰਦਾਰ ਵੀ ਉਸ ਹੁਣ ਕਰਕੇ ਕਹਿੰਦਾ ਨਹੀਂ ਲਾਉਣੀਆਂ, ਕਹਿੰਦਾ ਚੱਲ ਮੈਨੂੰ ਪਤਾ ਬਾਅਦ ਚ ਲਾਊਗਾ ਉਹ। ਮਿੱਟੀ ਖੁਰਿਆ ਕਰਨੀ, ਫਿਰ ਮਿੱਟੀ ਖੁਰ ਕੇ ਤਾਂ ਉੱਥੇ ਖੇਤ 'ਚ ਉੱਚਾ ਕਰਦਿਆ ਕਰਨਾ ਇਹਨੇ, ਚੱਲ ਦੇਖਦੇ ਹਾਂ। ਮਿਸਤਰੀ ਕਹਿੰਦਾ ਗੱਡੇ ਪਿਛਾ ਤੋਂ, ਕਹਿੰਦਾ ਬਾਰ ਬਾਰ ਲਪਾਈ ਕਰੀਏ, ਅਤੇ ਮੈਂ ਚੱਲ ਪਛਾ ਦਿੰਦੇ ਹਾਂ, ਆਪ ਹੀ ਲੱਗਿਆ ਦੇ, ਨਹੀਂ ਕੋਈ ਮਿਸਤਰੀ ਨਾਲ ਨਹੀਂ ਲੱਗਦਾ ਹੁੰਦਾ, ਘਰ ਦਾ ਬੰਦਾ ਕਰਕੇ ਲੱਗਿਆ ਨਾਲ, ਬਾਪੂ ਆ ਗਿਆ ਮੁੰਡੇ ਦਾ, ਕਹਿੰਦਾ ਮੈਂ ਵੀ ਕੰਮ ਕਰਾ ਦਿੰਦਾ ਆ ਕੇ। ਕਹਿੰਦਾ 12:30 ਹੋ ਗਏ ਸੀ, ਕਹਿੰਦੇ ਰੋਟੀ ਖਾਣੀ ਹੈ, ਕਹਿੰਦੇ ਲਿਆ ਕਰੀ, ਬਾਕੀ ਕੰਮ ਬਾਅਦ 'ਚ ਕਰਦੇ ਹਾਂ। ਅਤੇ ਮੈਂ ਚੱਲ ਰੋਟੀ ਲਿਆਉਣਾ, ਰੋਟੀ ਖਾ ਕੇ ਅਤੇ ਅੰਦਰ ਥੋੜ੍ਹਾ ਜਿਹਾ ਕੰਮ ਕਰਨ ਵਾਲਾ ਰਹਿੰਦਾ ਸੀ ਘਰ, ਪੱਥਰ ਜਿਹਾ ਕਰੈਕ ਹੋ ਗਿਆ ਸੀਗਾ, ਬਾਹਰ ਲਾਇਆ ਬੇੜੀ 'ਚ ਥੋੜ੍ਹਾ ਜਿਹਾ। ਅਤੇ ਮੈਂ ਕਿਹਾ ਚੱਲ ਗੱਡੀ ਚੜਾਈ ਸੀਗੀ, ਅਤੇ ਗੱਡੀ ਚੜਾਉਣ ਨਾਲ ਬੰਨੇ ਤੋਂ ਥੋਥਾ ਸੀਗਾ, ਟੁੱਟ ਗਿਆ ਉਹ, ਅਤੇ ਮੈਂ ਕਿਹਾ ਚੱਲ ਲਾਉਣ ਲੱਗਦਾ ਹੁਣ ਇਹ ਵੀ ਕਰਾਉਂਦੇ ਹਾਂ, ਅੱਧੀ ਦਿਹਾੜੀ 'ਚ ਬਾਕੀ ਕੰਮ ਤਾਂ ਨਿਪੜ ਗਿਆ ਜਿਹੜਾ ਕਰਨ ਵਾਲਾ ਸੀਗਾ, ਅਤੇ ਇਹੀ ਰਹਿ ਗਿਆ ਥੋੜ੍ਹਾ ਜਿਹਾ ਕਰਨ ਵਾਲਾ, ਮੈਂ ਚੱਲ ਇਹ ਵੀ ਕਰ ਦੇਣਗੇ ਨਿਪੜ ਜੂਗਾ ਯਾਰ। ਅਤੇ ਮੈਂ ਕਿਹਾ ਫਾਰੀ ਕਰੋ ਹੁਣ ਕਰਕੇ ਦਵਾ ਦੋ, ਚਲੋ ਕੰਮ ਜੀ।
ਹਾਂ ਕਰੈਕ ਹੋ ਗਿਆ ਸੀ ਇੰਨਾ ਕੁ। ਇਹ ਤਾਂ ਸਕੀਮ ਬਣਾਈ ਆ ਵੀ ਥੋੜ੍ਹੀ ਜਿਹੀ ਰੈਂਪ ਜਿਹਾ ਬਣਾ ਦਈਏ ਚੜ੍ਹਨ ਨੂੰ, ਅਤੇ ਮੈਂ ਰੈਂਪ ਜਿਹਾ ਬਣਾ ਕੇ ਅਤੇ ਨਾਲ ਗੱਡੀ ਸੁੱਕੀ ਚੜ੍ਹ ਜਾਇਆ ਕਰੂਗੀ। ਹੁਣ ਟਰੈਕਟ ਚੜ੍ਹਾਇਆ ਸੀ ਉੱਪਰ, ਫਿਰ ਹਾਰ ਕੇ ਮੈਂ ਗੁੱਟ ਕੇ ਲਿਆ ਕੇ ਚੜ੍ਹਾਇਆ ਫਿਰ, ਨਹੀਂ ਉਦੋਂ ਗੱਡੀ ਚੜ੍ਹਾਈ ਅਤੇ ਗੱਡੀ ਚੜ੍ਹਾਉਣ ਨਾਲ ਕਰੈਕ ਹੋ ਗਿਆ। ਮੈਂ ਚੱਲ ਇਹ ਵੀ ਨਾਲ ਲਾ ਤਾਂ ਨਿਪੜ ਜੂ, ਹੁਣ ਇੱਕ ਦੀ ਸਟਾਰਟਿੰਗ ਟੁੱਟੀ ਸੀ ਉਹ ਸਟਾਰਟਿੰਗ ਦੀ ਸੈੱਟ ਕਰ ਦੂਗਾ। ਹੁਣ ਉੱਥੇ ਲਾਇਆ ਫਰਸ਼ ਅਤੇ ਮੱਝਾਂ ਵੀ ਨਹੀਂ ਬੰਨਦੇ ਉੱਥੇ, ਫਿਰ ਮਸ਼ੀਨ ਇੱਥੇ ਲੈ ਆਏ ਸੀਗੇ। ਮਸ਼ੀਨ ਦਾ ਤੁਹਾਨੂੰ ਜਗਾੜ ਦਿਖਾਉਣਾ ਕੀ ਬਣਾਇਆ ਅਸੀਂ, ਰੇੜ ਕੇ ਜਿੱਥੇ ਮਰਜ਼ੀ ਲੈ ਜਾਓ, ਅਤੇ ਮੱਝਾਂ ਵੀ ਇੱਥੇ ਬੰਨਦੀ ਦੀਆਂ। ਅਤੇ ਹੁਣ ਕਿਉਂ ਠੰਡ ਹੁੰਦੀ ਹੈ, ਮੈਨੂੰ ਸ਼ਾਮ ਸਵੇਰੇ ਠੰਡ ਹੋ ਜਾਂਦੀ ਆ, ਵੀ ਇੱਥੇ ਬੰਨਦੀ ਦੀਆਂ ਇੱਥੇ। ਚਲੋ ਮਾੜਾ ਲੈਗ ਜਿਹਾ ਹੈਗਾ ਆ, ਤੁਹਾਨੂੰ ਮਸ਼ੀਨ ਦਾ ਜਗਾੜ ਦਿਖਾਉਣਾ ਕੀ ਬਣਾਇਆ। ਦੇਖੋ ਟਾਇਰਾਂ 'ਤੇ ਬਣਾਈ ਆ, ਗਾਡਰ ਪਏ ਸੀ ਆਪਣੇ, ਤਾਰੇ ਸੀ ਪੁਰਾਣੇ ਕੋਠਿਆਂ ਤੋਂ, ਅਤੇ ਗਾਡਰਾਂ 'ਤੇ ਫਿੱਟ ਕਰਾਤਾ ਸਾਰੇ ਪੱਠੇ ਵੀ ਆਟੋਮੈਟਿਕ ਹੀ ਨਾ, ਜਿੱਦਾਂ ਉੱਥੋਂ ਕੁਤਰੀਦੇ ਆ, ਅਤੇ ਇੱਥੋਂ ਡਿੱਗ ਕੇ ਥੱਲੇ ਬਾਹਰ ਆ ਜਾਂਦੇ ਆ। ਅਤੇ ਹੁਣ ਉੱਥੋਂ ਸੀ ਤਾਂ ਜਿੱਦਾਂ ਰੇੜ ਕੇ ਲਏ, ਨਹੀਂ ਤਾਂ ਗੱਡੀ ਹੋਵੇ ਅਤੇ ਬਾਅਦ 'ਚ ਫਿਰ ਪੱਠੇ ਕੁਤਰਨੇ ਵੀ ਔਖੇ ਹੋ ਜਾਂਦੇ ਨੇ ਦਿਨ। ਹੁਣ ਟੈਨਸ਼ਨ ਨਹੀਂ ਪੱਠੇ, ਤਾਂ ਭਾਵੇਂ ਮੀਂਹ ਕਣੀ ਪੈਂਦਾ ਤਾਂ ਅੰਦਰ ਕਰ ਲਓ, ਜੇ ਗਰਮੀ ਆ ਤਾਂ ਬਾਹਰ ਕੁਛ ਹਾਵੇਂ ਖੜੀ ਕਰ ਲਓ, ਜਿੱਥੇ ਮਰਜ਼ੀ ਕੁਤਰ ਲਓ ਪੱਠੇ ਪੁੱਠੇ, ਅਤੇ ਪੱਠੇ ਪੁੱਠੇ ਆਪੇ ਬਾਹਰ ਆ ਜਾਂਦੇ ਆ। ਦੇਖੋ ਟਾਇਰ ਲਾ ਤੇ ਚਾਰ, ਅਤੇ ਗਾਡਰ ਸੀ ਗਾਡਰ ਲਾ ਤੇ, ਗਾਡਰਾਂ 'ਤੇ ਫਿੱਟ ਕਰਤਾ, ਪਟੇ ਵਾਲੇ ਕੰਮ ਕੀਤਾ ਆ, ਵੀ ਮੋਟਰ ਵਾਲਾ ਨਹੀਂ ਗਾ, ਇੰਜਣ 'ਤੇ ਹੀ ਫਿੱਟ ਕੀਤੀ ਹੋਈ ਆ। ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ, ਅਤੇ ਮਿਸਤਰੀ ਰੈਂਪ ਬਣਾਉਣ ਲੱਗ ਗਿਆ, ਅਤੇ ਤੁਹਾਨੂੰ ਚੱਲ ਕੇ ਦਿਖਾਉਣਾ ਜਾ। ਵਿਚਾਲੇ ਨਹੀਂ ਪਾਉਣਾ ਗਾ, ਸਾਡਾ ਸਾਡਾ ਬਣਾਉਣੀਆਂ ਸੀਗੀਆਂ, ਮੈਂ ਤੈਨੂੰ ਕਰਦੇ ਜਾਂ ਤਾਂ ਕੋਈ ਪਲਾਸਟਰ ਪਲੂਸਟਰ ਆਇਆ ਤਾਂ ਦਾਣੇ ਨਿਕਲ ਜਾਣੇ ਤੇਰੇ ਇਹਦੇ। ਨੀਰੂ ਮਾਰ ਲਾ ਜਾਂ ਪਲਾਸਟਰ ਕਰ ਲਾ, ਕਿੱਦਾਂ ਕਰਦੇ ਸੈੱਟ ਕਰ ਦੇਣ। ਨੀਰੂ ਦਾ ਫਿਰ ਤਿਲਕਣਾ ਨਾ ਹੋਜੂਗਾ, ਦੇਖ ਲਈ। ਚੱਲ ਦੇਖ ਲਈ, ਚੱਲ ਇੱਕ ਨਹੀਂ ਤੂੰ ਇਹਨੂੰ ਕਰ ਦੇਖ ਲਾ, ਪਰ ਅੰਦਰ ਵਾਲਾ ਦੇਖ ਲਈ ਇਹਨੇ, ਕਈ ਕੋਈ ਲਿਬੜੀ ਸੀ ਬਾਲਟੀ ਬੁਲਟੀ ਲਿਪੜੀਆਂ ਸੀਗੀਆਂ, ਉਹਨਾਂ ਨੂੰ ਮੈਂ ਕਿਹਾ ਚਲ ਧੋ ਧੋਇਆ ਕਰ ਦਿੰਦੇ ਹਾਂ, ਸਾਫ਼ ਹੋ ਜਾਊਗਾ। ਅਤੇ ਡਰੰਮ ਡਰੁੰਮ ਲਿਪੜੇ ਸੀਗੇ, ਡਰੰਮ ਡਰੁੰਮ ਵੀ ਸਾਫ਼ ਕਰ ਦਈਏ, ਅਤੇ ਮੈਂ ਤਾਂ ਸਫਾਈ ਪੇ ਕਰਦੇ ਕਿ ਭਾਰੀ ਲਾ ਕੇ ਦੇਖਦੇ ਹਾਂ, ਸਾਫ਼ ਹੁੰਦਾ ਵੀ ਨਹੀਂ ਹੁੰਦਾ। ਨਾਲੇ ਮੈਟ ਮੁੜ ਕੱਢਣਾ ਸੀ, ਪਸਮਾਣਾ ਕਿਹੜਾ ਕੁੜਾ ਧੋਣਾ ਸੀ, ਸਾਰਾ ਧੋਨੇ ਹਾਂ, ਅਤੇ ਖਾਸ ਕਰਕੇ ਸਾਫ਼ ਕਰ ਦਈਏ ਭਾਂਡੇ ਸਾਰੇ। ਵਿਹੜਾ ਧੋਣ ਵਾਲੇ ਧੋਤਾ, ਫਰਸ਼ ਫੁਰਸ਼ ਸਾਰਾ ਲੱਗ ਗਿਆ ਸੀਗਾ, ਅਤੇ ਪਸ਼ੂ ਵਾਲਾ ਵੀ ਧੋਤਾ, ਟਰੈਕਟਰ ਵਾਲਾ ਵੀ ਧੋਤਾ, ਅਤੇ ਮੈਂ ਕਿਹਾ ਧੋ ਕੇ ਅਤੇ ਚਮਕਾ ਤੀ ਉਹਨਾਂ ਨੂੰ, ਭਾਰੀ ਫਿਰ ਕੇ ਹੋ ਗਈ। ਮੱਝ ਨੂੰ ਪਾਣੀ ਪਿਆ ਦਿੰਦੇ, ਹੋ ਗਿਆ ਸਾਫ਼ ਹੋ।
ਕਿੰਨੇ ਜਨਾਬ? 12 ਤੋਂ 10। ਭੁੱਖ ਲੱਗੀ ਸੀਗੀ ਅਤੇ ਪੀਜ਼ੇ ਅਤੇ ਬਰਗਰ ਜੇ ਅਤੇ ਕਚਾਪ ਇਹ ਮੰਗਵਾਏ ਸੀ ਹੋਮ ਡਿਲੀਵਰੀ ਕਰਕੇ। ਅਤੇ ਮੈਂ ਕਿਹਾ ਚੱਲ ਭੁੱਖ ਲੱਗੀ ਨਾਲੇ, ਮੈਂ ਕਿਹਾ ਚੱਲ ਅੱਡ ਜੀ ਚੀਜ਼ ਖਾਣ ਨੂੰ ਜੀ ਕਰਦਾ, ਮੈਂ ਚੱਲ ਘਰ ਮੰਗਵਾ ਲੈਂਦੇ ਹਾਂ। ਤੁਹਾਨੂੰ ਦਿਖਾਉਂਦੇ ਹਾਂ, ਹੁਣ ਮੈਂ ਤੁਹਾਨੂੰ ਦੱਸ ਦਿੱਤਾ ਵੈਸੇ ਵੀ ਕੀ ਕੀ ਮੰਗਵਾਇਆ। ਆਹ ਕੀ ਹੈ? ਬਰਗਰ, ਬਰਗਰ, ਬਰਗਰ ਆ ਜੀ ਬਰਗਰ। ਅਤੇ ਆਹ ਨੈਪਕਿਨ ਹੋ ਗਏ, ਅਤੇ ਆਹ ਹੋ ਗਈ ਮੈਨੂੰ ਤਾਂ ਚਾਪ, ਚਾਪ ਆ ਜੀ, ਆਹ ਸੈਲਡ ਆ ਗਿਆ ਨਾ। ਅਤੇ ਆਹ ਆ ਗਈਆਂ ਚਟਣੀਆਂ ਹੈ ਨਾ। ਅਤੇ ਆਹ ਆ ਗਈ ਚਾਪ, ਪੈਕਿੰਗ ਪੁਕਿੰਗ ਕਰਕੇ ਭੇਜਿਆ ਬੰਦੇ ਨੇ। ਇਹ ਸਭ ਤੋਂ ਵਧੀਆ ਸਾਡੀ ਹੋਮ ਡਿਲੀਵਰੀ ਹੋਣ ਲੱਗ ਗਈ ਹੁਣ, ਇਹ ਸਾਡੇ ਏਰੀਏ 'ਚ ਹੋਮ ਡਿਲੀਵਰੀ ਹੈ ਨਹੀਂ ਸੀ। ਇਹ ਭੇਜੀ ਹੈ ਚਾਪ, ਲੈਮਨ ਚਾਪ, ਕਿਆ ਬਾਤ ਹੈ ਜੀ। ਇੱਕ ਬਰਗਰ ਹੋਰ ਅਤੇ ਪੀਜ਼ਾ ਦੇਖੋ, ਦੋ ਪੀਜ਼ੇ ਮੰਗਵਾਏ ਆ। ਦੋ ਪੀਜ਼ੇ ਮੰਗਵਾਏ ਆ, ਉਹ ਥੋੜ੍ਹਾ ਡੱਬਣ ਲੱਗ ਗਿਆ। ਠੀਕ ਹੈ ਜੀ, ਛਕ ਲਈਏ ਹੁਣ।